ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਕਹਿੰਦੇ ਉਹ ਰਾਜਾ ਹਰ ਇੱਕ ਦੀ ਮਦਦ ਵੀ ਕਰਿਆ ਕਰਦਾ ਸੀ ਕਹਿੰਦੇ ਜਿਸ ਨੂੰ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਰਾਜਾ ਉਹਦੀ ਮਦਦ ਕਰ ਦਿਆ ਕਰਦਾ ਪਰ ਉਹ ਰਾਜੇ ਦੇ ਵਿੱਚ ਇੱਕ ਐਪ ਸੀ ਕਹਿੰਦੇ ਐਬ ਕੀ ਸੀ ਵੀ ਉਹ ਆਪਣੀ ਪ੍ਰਸੰਸਾ ਸੁਣਨ ਦਾ ਬੜਾ ਜ਼ਿਆਦਾ ਆਦੀ ਸੀ ਜੇ ਕਿਸੇ ਉਹਦੇ ਚਾਰ ਸ਼ਬਦ ਉਹਦੇ ਪ੍ਰਸੰਸਾ ਚ ਬੋਲ ਦਿਆ ਕਰਨੇ ਤੇ ਉਹਨੇ ਉਸ ਦੇ ਬਦਲੇ ਆਪਣੀ ਸਾਰੀ ਧਨ ਸੰਪਦਾ ਉਹਦੇ ਤੇ ਲੁਟਾ ਦਿਆ ਕਰਦਾ ਕਿੰਦੇ ਹੌਲੀ-ਹੌਲੀ ਜਿਹੜੇ ਦਿਨ ਸਨ ਉਹ ਲੰਘਣੇ ਕੀ ਆਰੰਭ ਹੋਏ ਕਿੰਦੇ ਹੁਣ ਹਰ ਪਾਸੇ ਸਭ ਨੂੰ ਪਤਾ ਚੱਲ ਗਿਆ ਵੀ ਰਾਜਾ ਹਰ ਇੱਕ ਦੀ ਮਦਦ ਕਰ ਦਿੰਦਾ ਹੈ ਚਾਰ ਸ਼ਬਦ ਉਹਦੇ ਪ੍ਰਸੰਸਾ ਦੇ ਤੁਸੀਂ ਬੋਲਦੋ ਸਵੇਰ ਹੋਣੀ ਤੇ ਰਾਜੇ ਦੇ ਜਿਹੜਾ ਮਹਿਲ ਸੀ ਉਹਦੇ ਅੱਗੇ ਲੋਕਾਂ ਦਾ ਬਹੁਤ ਵੱਡਾ ਮਜਬਾ ਆ ਕੇ ਤੇ ਖੜਾ ਹੋ ਜਾਇਆ ਕਰਦਾ ਕਿੰਦੇ ਇੱਕ ਨਗਰ ਦੇ ਵਿੱਚੋਂ ਨਾ ਇੱਕ ਜਿਹੜਾ ਮਨੁੱਖ ਸੀ ਉਹਨਾਂ ਰਾਜੇ ਇੱਕ ਤੋਂ ਕਿਸੇ ਮਦਦ ਲਈ ਚਲਣਾ ਆਰੰਭ ਕਰ ਦਿੰਦਾ ਕਿੰਦਾ ਪਿੱਛੋਂ ਇੱਕ ਹੋਰ ਆਈ ਆ ਕੇ ਤੇ ਉਹਦੇ ਨਾਲ ਚੱਲਣਾ ਆਰੰਭ ਕਰ ਦਿੰਦਾ ਹੁਣ ਦੋਵੇਂ ਜਣੇ ਚੱਲਦੇ-ਚੱਲਦੇ ਆਪਸ ਵਿੱਚ ਗੱਲਬਾਤ ਕਰਨ ਦੀ ਆਰੰਭ ਕਰ ਦਿੰਦੇ ਨੇ ਪਹਿਲਾ ਪੁੱਛਦਾ ਵੀ ਤੂੰ ਕਿੱਥੇ ਜਾ ਰਿਹਾ ਕਿੰਦਾ ਮੈਂ ਤਾਂ ਰਾਜੇ ਕੋਲ ਜਾ ਰਿਹਾ ਉਹ ਕਹਿੰਦਾ ਤੂੰ ਕਿੱਥੇ ਜਾ ਰਿਹਾ ਦੂਜਾ ਆਂਦਾ ਵੀ ਮੈਂ ਵੀ ਰਾਜੇ ਕੋਲ ਚੱਲਾਂ ਕਿੰਦਾ ਵੀ ਤੂੰ ਪਹਿਲਾ ਕਹਿੰਦਾ ਵੀ ਤੂੰ ਕੱਪੜੇ ਵੀ ਬੜੇ ਸੋਹਣੇ ਪਾਏ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਤੇਰੇ ਕੋਲ ਕਿਸੇ ਚੀਜ਼ ਦੀ ਕਮੀ ਹੈ ਤੇ ਤੂੰ ਰਾਜੇ ਕੋਲ ਕੀ ਕਰਨ ਚੱਲਿਆ ਕਿੰਦਾ ਮੇਰੇ ਕੋਲ ਧਨ ਸੰਪਤਾ ਤਾਂ ਬਹੁਤਾ ਮੈਂ ਇਸ ਇਲਾਕੇ ਦਾ ਸਕੇਲੋ ਵੀ ਸੀ ਠਾ ਪਰ ਮੇਰੇ ਕੋਲ ਨਾ ਕੁਝ ਸਮਾਂ ਹੋਇਆ ਮੇਰੀ ਘਰ ਵਾਲੀ ਅਕਾਲ ਚਲਾਨੇ ਕਰ ਗਈ ਤੇ ਮੈਂ ਨਾ ਇੱਕ ਘਰ ਵਾਲੀ ਦੀ ਉਥੋਂ ਆਸ ਲੈ ਕੇ ਚੱਲਾ ਵਾਂ ਤੇ ਮੈਂ ਚਾਹਣਾ ਵੀ ਮੇਰੀ ਘਰ ਵਾਲੀ ਬਹੁਤ ਜ਼ਿਆਦਾ ਸੋਹਣੀ ਹੋਵੇ ਤੇ ਰਾਜੇ ਦੇ ਮਹਿਲ ਚ ਬਹੁਤ ਸੋਹਣੀ ਉੱਥੇ ਕੰਮ ਕਰਦੀਆਂ ਨੇ ਤੇ ਉਹਨਾਂ ਵਿੱਚੋਂ ਮੈਂ ਕੋਈ ਵਿਆਹ ਕਿਤੇ ਘਰ ਲੈ ਕੇ ਆਉਣਾ ਚਾਹਣਾ ਕਿੰਦਾ ਠੀਕ ਹੈ ਕਿੰਦੇ ਵਰਤੂਂ ਕਿਉਂ ਚੱਲਾਂ ਕਿੰਦੇ ਵੀ ਮੇਰੇ ਤੇ ਨਾ ਦੋ ਵਕਤੀ ਰੋਟੀ ਦੇ ਵੀ ਲਾਲੇ ਪਏ ਨੇ ਤੇ ਰਾਜੇ ਕੋਲ ਜੋ ਜਾਵੇ ਖਾਲੀ ਕੋਈ ਆਉਂਦਾ ਨਹੀਂ ਮੈਂ ਤੇ ਉਥੋਂ ਪੈਸਾ ਇਕੱਠਾ ਕਰਨ ਚੱਲਾਂ ਕਿੰਦੇ ਠੀਕ ਹੈ ਗੱਲਾਂ ਕਰਦੇ ਕਰਦੇ ਵਾਵਾ ਅਗਾ ਲੰਘ ਆਉਂਦੇ ਨੇ ਜਦੋਂ ਅਗਾ ਆਏ ਦੇਖਿਆ ਸੜਕ ਦੇ ਉੱਤੇ ਨਾ ਇੱਕ ਮਨੁੱਖ ਬੈਠਾ ਹੋਇਆ ਸੀ ਉਹਨੂੰ ਪੁੱਛਦੇ ਵੀ ਭਰਾਵਾ ਵੀ ਤੂੰ ਇੱਥੇ ਕਿਵੇਂ ਬੈਠਾ ਹੈ ਉਹ ਕਹਿੰਦਾ ਵੀ ਮੈਂ ਤੇ ਰੱਬ ਦੀ ਬਣਾਈ ਜਿਹੜੀ ਸੁਖ ਸਮ੍ਰiddhi ਏ ਉਹਦਾ ਆਨੰਦ ਵੰਡਦਾ ਪਿਆਵਾ ਉਹ ਕਹਿੰਦੇ ਵੀ ਰੱਬ ਦੀ ਬਣਾਈ ਜਿਹੜੀ ਸੁੱਖ ਸਮ੍ਰiddhi ਹੈ ਉਹਦਾ ਕਿਵੇਂ ਅਨੰਤ ਮਾਣਦਾ ਪਿਆ ਕਿੰਦੇ ਰੱਬ ਦੀ ਬਣਾਈ ਸੁੱਖ ਸਮ੍ਰiddhi ਦਾ ਹਰ ਪਾਸੇ ਸੌਖੀ ਸੌਖੇ ਤੇ ਜਿੱਥੇ ਮਰਜ਼ੀ ਬੈਠ ਲੋ ਉੱਥੇ ਸੁੱਖ ਮਾਣ ਲੀਦਾ ਉਹ ਕਹਿੰਦੇ ਲੱਗਦਾ ਇਹ ਫਕੀਰ ਫੱਕਰ ਹੈ ਇਹਦੇ ਕੋਲ ਕੱਖ ਨਹੀਂ ਹੈਗਾ ਇਹਨੂੰ ਵੀ ਨਾਲ ਲੈ ਚ ਲੋ ਰਾਜਾ ਇਹਨੂੰ ਵੀ ਕੁਝ ਦੇ ਦੇਗਾ ਉਹਨੂੰ ਵੀ ਨਾਲ ਚੁੱਕਦੇ ਆ ਤੇ ਉਹਨੂੰ ਉੱਥੋਂ ਫੜ ਕੇ ਤੇ ਨਾਲ ਲੈ ਕੇ ਤੁਰਨ ਲੱਗ ਜਾਂਦੇ ਹੁਣ ਤਿੰਨੋਂ ਜਣੇ ਗੱਲਾਂ ਕਰਦੇ ਕਰਦੇ ਰਾਜੇ ਦੇ ਮਹਿਲ ਪਹੁੰਚ ਜਾਂਦੇ ਆ ਕਹਿੰਦੇ ਉਸ ਸਮੇਂ ਸਾਰਿਆਂ ਨੂੰ ਰਾਜਾ ਕੁਝ ਨਾ ਕੁਝ ਦੇ ਕੇ ਤੇ ਚਲਾ ਗਿਆ ਉਹਨਾਂ ਤਿੰਨਾਂ ਤੋਂ ਰਾਜੇ ਨੇ ਆਉਣ ਦਾ ਕਾਰਨ ਪੁੱਛਿਆ ਪਹਿਲਾ ਕਹਿੰਦਾ ਜੀ ਮੈਂ ਬੜਾ ਜਤਾ ਗਰੀਬਾਂ ਤੇ ਮੈਂ ਚਾਹੁੰਦਾ ਵੇ ਤੁਸੀਂ ਮੇਰੀ ਸੁਖ ਸਮਰiddhi ਨਾਲ ਝੋਲੀਆਂ ਭਰ ਦੋ ਮੈਂ ਸੁਣਿਆ ਤੁਹਾਡੇ ਦਰ ਤੇ ਆਇਆ ਕੋਈ ਖਾਲੀ ਨਹੀਂ ਜਾਂਦਾ ਤੁਸੀਂ ਤਾਂ ਦੀਨ ਦੁਗਨੀਆਂ ਦੇ ਮਾਲਕ ਤੁਸੀਂ ਤਾਂ ਦੀਨ ਦੁਨੀਆਂ ਦਾ ਹਮੇਸ਼ਾ ਦੁੱਖ ਹਰਦੇ ਹੋ ਤੁਹਾਡੇ ਦਰ ਤੇ ਆਇਆ ਹਮੇਸ਼ਾ ਖੁਸ਼ੀਆਂ ਹੀ ਪਾ ਕੇ ਤੇ ਵਾਪਸ ਜਾਂਦਾ ਰਾਜੇ ਨੇ ਜਦੋਂ ਆਪਣੇ ਲਈ ਇਹ ਸ਼ਬਦ ਸੁਨੇ ਵੀ ਦੀਨ ਦੁਖੀਆਂ ਦਾ ਮੈਂ ਰਾਜਾ ਵਾਂ ਤੇ ਮੇਰੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਰਾਜੇ ਨੇ ਕਿਹਾ ਇੱਕ ਸੇਵਕ ਨੂੰ ਬੁਲਾ ਕੇ ਵੀ ਇੱਕ ਪੋਟਲੀ ਦੇ ਵਿੱਚ 10000 ਸੋਨੇ ਦੇ ਤੋਂ ਸਿੱਕੇ ਪਾ ਕੇ ਤੇ ਲੈ ਕੇ ਆਵੋ ਤੇ ਸਿੱਕੇ ਵੀ ਉਹ ਹੁਣ ਜਿਹੜੇ ਬੜੀ ਭਾਰੀ ਪਰ ਕਮ ਹੋਣ। ਕਹਿੰਦੇ ਲਿਆ ਕੇ ਉਹ थैਲੀ ਉਹਦੀ ਚੋਲੀ ਦੇ ਵਿੱਚ ਪਾ ਦਿੱਤੀ। ਉਹਨੇ ਕਿਹਾ ਵੀ ਮੈਨੂੰ ਪਤਾ ਸੀ ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਤੁਹਾਡੇ ਵਰਗਾ ਕੋਈ ਨਹੀਂ ਹੈ। ਇਹ ਕਹਿ ਕੇ ਉਹ ਪਿੱਛੇ ਖੜਾ ਖੜਾ ਹੋ ਗਿਆ। ਰਾਜਾ ਹੁਣ ਦੂਜੇ ਨੂੰ ਪੁੱਛਦਾ ਵੀ ਤੁਸੀਂ ਦੱਸੋ ਵੀ ਤੁਹਾਡਾ ਕਿਵੇਂ ਆਉਣਾ ਹੋਇਆ ਕਹਿੰਦਾ ਜੀ ਕੁਝ ਸਮੇਂ ਮੇਰੇ ਕੋਲ ਧਨ ਸੰਪਦਾ ਬਹੁਤ ਕੁਝ ਸਮੇਂ ਪਹਿਲਾਂ ਮੇਰੇ ਘਰ ਵਾਲੇ ਅਕਾਲ ਚਲਾ ਨੇ ਕਰ ਗਏ ਮੇਰਾ ਘਰ ਮੈਨੂੰ ਵੱਡਣ ਖਾਣ ਨੂੰ ਆਉਂਦਾ ਮੈਂ ਚਾਹੁੰਨਾ ਕਿ ਤੁਸੀਂ ਮੇਰਾ ਕਿਸੇ ਸੁੰਦਰ ਜਿਹੜੀ ਬੀਬੀ ਦੇ ਨਾਲ ਵਿਆਹ ਕਰ ਦੋ ਉਹਨਾਂ ਕੀ ਕੀਤਾ ਵੀ ਉੱਥੋਂ ਬੜੀਆਂ ਸਾਰੀਆਂ ਉਹਨਾਂ ਦੇ ਉੱਥੇ ਕੰਮ ਕਰਦੀਆਂ ਸੀ ਉਹਨਾਂ 'ਚੋਂ ਇੱਕ ਨੂੰ ਪੁੱਛਿਆ ਵੀ ਜੋ ਵਿਆਹ ਕਰਨ ਲਈ ਰਾਜੀ ਹੋਵੇ ਉਹਨਾਂ 'ਚ ਇੱਕ ਬੀਬੀ ਰਾਜੀ ਹੋਈ ਉਦੇ ਨਾਲ ਉਹ ਜਿਹੜਾ ਸੀ ਉਹਨੂੰ ਕਹਿਆ ਵੀ ਤੁਸੀਂ ਦੋਨੋਂ ਆਪਸ ਵਿੱਚ ਵਿਆਹ ਕਰਾ ਲਿਓ ਇਹ ਕਹਿ ਕੇ ਉਹ ਵੀ ਪਿੱਛੇ ਖੜਾ ਹੋ ਗਿਆ ਰਾਜਾ ਤੀਜੇ ਨੂੰ ਪੁੱਛਦਾ ਹੈ ਵੀ ਦੱਸ ਵੀ ਤੇਰਾ ਕਿਵੇਂ ਹੋਣਾ ਹੋਇਆ ਕਿੰਦਾ ਰਾਜਾ ਵੀ ਮੈਂ ਤੇ ਇਹਨਾਂ ਦੇ ਨਾਲ ਤੁਰਦਾ ਤੁਰ ਗਿਆ ਕਹਿੰਦੇ ਫਿਰ ਵੀ ਵੀ ਮੇਰੇ ਘਰ ਤੇ ਕਿਵੇਂ ਆਉਣਾ ਹੋਇਆ ਵੀ ਤੇਰੀ ਵੀ ਕੋਈ ਇੱਛਾ ਹੋਵੇਗੀ ਕਿੰਦਾ ਰਾਜਾ ਸੁਣ ਮਨੁੱਖ ਦੀਆਂ ਇੱਛਾਵਾਂ ਦੀ ਕੋਈ ਸੀਮਾ ਨਹੀਂ ਹੁੰਦੀ ਇੱਕ ਖਤਮ ਹੁੰਦੀ ਹੈ ਦੂਜੀ ਜਾਗ ਜਾਂਦੀ ਇਹਨਾਂ ਦੀ ਪੂਰਤੀ ਲਈ ਹੀ ਮਨੁੱਖ ਭੱਜਿਆ ਫਿਰਦਾ ਇਕ ਤੋਂ ਬਾਅਦ ਦੂਜੀ ਇੱਛਾ ਜਾਗ ਜਾਂਦੀ ਮੈਂ ਮੰਗੜਾਈ ਛੱਡ ਦਿੱਤਾ ਜੋ ਮੇਰੀ ਜ਼ਰੂਰਤ ਹੋਵੇਗੀ ਪਰਮਾਤਮਾ ਆਪ ਮੈਨੂੰ ਦੇਣ ਦੀ ਨਿਯੋਦਲੀ ਉਦਮ ਕਰਦਾ ਉਹ ਮੈਨੂੰ ਮਿਲ ਜਾਂਦਾ ਪਰਮਾਤਮਾ ਨੂੰ ਸਭ ਦੀ ਇੱਛਾਵਾਂ ਦੀ ਜਿਹੜੀ ਹੈ ਉਹ ਪੂrti ਉਹ ਜ਼ਰੂਰਤ ਪੂਰੀ ਕਰਦੀ ਕਰਦੇ ਰਾਜੇ ਨੂੰ ਬੜਾ ਗੁੱਸਾ ਆਇਆ ਵੀ ਕਿੰਦਾ ਜੇ ਤੂੰ ਮੇਰੇ ਹੱਥ ਛਤਰ ਛੇਟਾ ਹੇਠਾਂ ਆਉਂਦਾ ਨਾ ਤਾ ਤੂੰ ਸੰਪੰਨ ਹੋ ਸਕਤਾ ਸੀ ਪਰ ਹੁਣ ਤੂੰ ਭੁੱਲ ਜਾ ਤੂੰ ਹੁਣ ਚੱਲਦਾ ਬਣ ਤੋ ਜਦੋਂ ਰਾਜੇ ਨੇ ਇਹ ਗੱਲ ਕਹੀ ਤੋ ਤਿੰਨੇ ਜਣੇ ਹੌਲੀ-ਹੌਲੀ ਮਹਿਲ ਤੋਂ ਬਾਹਰ ਜਾਂਦੇ ਨੇ ਕਹਿੰਦੇ ਜਿਨੇ ਸੋਨਾ ਆਪਣੇ ਹੱਥ ਚ ਫੜਿਆ ਹੁੰਦਾ ਨਾ ਮੋਰਾ ਉਹ ਆਪਣੇ ਮਨ ਚ ਖਿਆਲ ਬਣਾਉਂਦਿਆ ਹੁੰਦਾ ਵੀ ਜਾ ਕੇ ਇਹ ਤੰਦਾ ਸ਼ੁਰੂ ਕਰਾਂਗਾ ਇਹਦੇ ਨਾਲ ਮੈਨੂੰ ਇਹ ਫਾਇਦਾ ਹੋਵੇਗਾ ਅੱਗੇ ਵਧਾਂਗਾ ਤੇ ਹੌਲੀ-ਹੌਲੀ ਇਹ ਸਭ ਕੁਝ ਮੈਨੂੰ ਹਾਸਿਲ ਹੋ ਜਾਏਗਾ ਕਹਿੰਦੇ ਜਿਹਦੇ ਨਾਲ ਉਹ ਬੀਬੀ ਸੀ ਉਹ ਹੌਲੀ-ਹੌਲੀ ਆਪਣੇ ਬੁੱਲਾਂ ਦੇ ਵਿੱਚ ਮੁਸਕੁਰਾ ਕੇ ਤੇ ਅੱਗੇ ਵਧੀ ਜਾਂਦੀ ਅਸੀਂ ਜਿਹੜਾ ਤੀਜਾ ਸੀ ਇਹ ਫਕਰਬੰਦਾ ਉਹ ਪ੍ਰਮਾਤਮਾ ਲੇਖ-ਵੇਖ ਕੇ ਤੇ ਅੱਗੇ ਵਧੀ ਜਾਂਦੀ ਅਸੀਂ ਕਿੰਨੇ ਤੁਰਦੇ ਤੁਰਦੇ ਜਦੋਂ ਅੱਧਾ ਕੁ ਘੰਟਾ ਹੋ ਗਿਆ ਨਾ ਤਾਂ ਉਹ ਮਨੁੱਖ ਜੀ ਨੇ ਸੋਨੇ ਦੀ ਥੈਲੀ ਫੜੀ ਹੋਈ ਸੀ ਉਹਦਾ ਹੱਥ ਪੀੜ ਹੋਣ ਲੱਗ ਗਿਆ ਉਹ ਫਕਰ ਬੰਦੇ ਨੂੰ ਕੋਲ ਬੁਲਾ ਕੇ ਕਹਿੰਦਾ ਲੈ ਹੁਣ ਅੱਧੇ ਰਾਤ ਨੂੰ ਮੜਾ ਜਾ ਚੁੱਕ ਕੇ ਮੇਰਾ ਲੈ ਜਾਏਗਾ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਲੈ ਜਾਣਾ ਹੁਣ ਨਾ ਰਾਜੇ ਨੂੰ ਉਸ ਗੱਲ ਦਾ ਬੜਾ ਗੁੱਸਾ ਸੀ ਵੀ ਉਹਨੇ ਮੇਰਾ ਨਾਮ ਤੇ ਲਿਆ ਨਹੀਂ ਆਪਣੇ ਸੈਨਿਕ ਨੂੰ ਬੁਲਾਉਂਦਾ ਤੇ ਕਹਿੰਦਾ ਹੁਣ ਇਹ ਤਿੰਨ ਬੰਦੇ ਜਿਹੜੇ ਇੱਥੋਂ ਗਏ ਨੇ ਨਾ ਉਹ ਫੁਲਾਣੀ ਰਾਤ ਤੋਂ ਲੰਘਦੇ ਹੋਣਗੇ ਜਾਂ ਤੇ ਜਿਹਦੇ ਹੱਥ 'ਚ ਕੱਖ ਨਾ ਹੋਵੇਗਾ ਇੱਕ ਦੇ ਹੱਥ 'ਚ ਸੋਨੇ ਦੀਆਂ ਮੋਹਰਾਂ ਹੋਣਗੀਆਂ ਇੱਕ ਦੇ ਨਾਲ ਇੱਕ ਬੀਬੀ ਤੁਰੀ ਜਾਂਦੀ ਹੋਏਗੀ ਤੇ ਜਿਹੜਾ ਖਾਲੀ ਹੋਵੇਗਾ ਨਾ ਉਹਦਾ ਸਿਰ ਕਲਮ ਕਰਕੇ ਤੇ ਮੇਰੇ ਪੈਰਾਂ 'ਚ ਲਿਆ ਕੇ ਰੱਖ ਦੇ ਹੁਣ ਉਹ ਜਾਂਦਾ ਹੁਣ ਉਹ ਦੇਖਦਾ ਹੈ ਵੀ ਕਿਹਦੇ ਹੱਥ 'ਚ ਮੋਹਰਾਂ ਨਹੀਂ ਉਹਦਾ ਸਿਰ ਕਲਮ ਕਰਕੇ ਤੇ ਰਾਜੇ ਦੇ ਕੋਲ ਲੈ ਆਉਂਦਾ ਜਦੋਂ ਲੈ ਕੇ ਆਏ ਤਾਂ ਉਹ ਕੀ ਦੇਖਦਾ ਹੈ ਵੀ ਇਹ ਤਾਂ ਉਹੀ ਸੀ ਜਿਹਨੂੰ ਮੈਂ 10000 ਸੋਨੇ ਦੀਆਂ ਜਿਹੜੀਆਂ ਸਿੱਕੇ ਦੇ ਕੇ ਤੇ ਹੁਣੇ ਮੈਂ ਭੇਜਿਆ ਸੀ ਰਾਜਾ ਬੜਾ ਜ਼ਿਆਦਾ ਜਿਹੜਾ ਗੁੱਸੇ ਵਿੱਚ ਆ ਜਾਂਦਾ ਰਾਜਾ ਕਹਿੰਦਾ ਜਾ ਵਾਪਸ ਇਹ ਤੂੰ ਗਲਤੀ ਕੀਤੀ ਹੈ ਤੂੰ ਉਹਦਾ ਜਿਹੜਾ ਹੁਣ ਜਿਹਦੇ ਨਾਲ ਬੀਬੀ ਤੁਰੀ ਜਾਂਦੀ ਹੋਵੇਗੀ ਨਾ ਉਹਨੂੰ ਛੱਡ ਕੇ ਜਿਹੜਾ ਦੂਜਾ ਹੋਏਗਾ ਤੂੰ ਉਹਦਾ ਸਿਰ ਮੇਰੇ ਕਦਮਾਂ 'ਚ ਲਿਆ ਕੇ ਦੇ ਤਾਰਦੇ ਉਹ ਜਾਂਦਾ ਹੈ ਇੰਨੇ ਨੂੰ ਕੀ ਹੁੰਦਾ ਵੀ ਜਿਹਦੇ ਨਾਲ ਉਹ ਬੀਬੀ ਜਾਂਦੀ ਹੁੰਦੀ ਹੈ ਨਾ ਉਹ ਕਹਿੰਦਾ ਵੀ ਮੈਨੂੰ ਨਾ ਇੱਕ ਨੰਬਰ ਆਇਆ ਹੈ ਜਾਂ ਕਹਿ ਲੋ ਵੀ ਮੈਨੂੰ ਨਾ ਪਿਸ਼ਾਬ ਆਇਆ ਹੈ ਤੇ ਤੁਸੀਂ ਹੌਲੀ-ਹੌਲੀ ਅੱਗੇ ਵਧੋ ਤੇ ਮੈਂ ਨਾ ਤੁਹਾਡੇ ਪਿੱਛੇ ਰਲਦਾ ਇੰਨੇ ਨੂੰ ਕੀ ਹੁੰਦਾ ਵੀ ਉਹ ਦੋਨੋਂ ਹੌਲੀ-ਹੌਲੀ ਤੁਰਦੇ ਅੱਗਾ ਜਾਂਦੇ ਨੇ ਉਹ ਜਦੋਂ ਪਿਸ਼ਾਬ ਕਰਕੇ ਉੱਥੋਂ ਉੱਠਦਾ ਤੇ ਰਾਜੇ ਦਾ ਸੈਨਿਕ ਉਹਦਾ ਸਿਰ ਕਲਮ ਕਰਕੇ ਤੇ ਲੈ ਜਾਂਦਾ ਹੁਣ ਦੋਵੇਂ ਹੌਲੀ-ਹੌਲੀ ਤੁਰਦੇ ਅੱਗਾ ਜਾਂਦੇ ਪਿੱਛੇ ਦੇਖਦੇ ਕੋਈ ਨਹੀਂ ਹੁੰਦੇ ਉਹ ਰੱਬ ਦਾ ਭਾਣਾ ਮੰਨ ਕੇ ਤੇ ਆਪੇ ਆਪਣਾ ਜੀਵਨ ਖੁਸ਼ੀ-ਖੁਸ਼ੀ ਜਿਉਣ ਲੱਗਦੇ ਨੇ ਤਦ ਰਾਜੇ ਦੇ ਕੋਲ ਉਸ ਦਾ ਸਿਰ ਲੈ ਕੇ ਗਏ ਤੇ ਰਾਜਾ ਬੜਾ ਜ਼ਿਆਦਾ ਸ਼ਰਮਿੰਦਾ ਹੋਇਆ ਰਾਜੇ ਨੂੰ ਆਪਣੀ ਭੁੱਲ ਹੁਣ ਪਤਾ ਲੱਗ ਗਈ ਸੀ ਕਿ ਪਰਮਾਤਮਾ ਨੇ ਜੋ ਸਾਨੂੰ ਦੇਣਾ ਉਹ ਜ਼ਰੂਰ ਦੇਵੇਗਾ ਉਹ ਖਾਲੀ ਹੱਥ ਗਿਆ ਸੀ ਪਰ ਆਪਣੀ ਘਰ ਵਾਲੇ ਵੀ ਘਰ ਕਿਹਾ ਜਾਂਦਾ ਨਾ ਬੀਬੀਆਂ ਘਰ ਦਾ ਸਵਰਗ ਹੁੰਦੀਆਂ ਨੇ ਉਹ ਘਰ ਦਾ ਸਵਰਗ ਤੇ ਘਰ ਮਾਇਆ ਲੈ ਕੇ ਦੋਨਾਂ ਚੀਜ਼ਾਂ ਦੇ ਨਾਲ ਸੰਪੰਨਤਾ ਹਾਸਲ ਕਰ ਲਈ ਪਰ ਪਰਮਾਤਮਾ ਨੇ ਸਾਨੂੰ ਜੋ ਦੇਣਾ ਉਹ ਜ਼ਰੂਰ ਦੇਵੇਗਾ ਪਰਮਾਤਮਾ ਨੂੰ ਸਭ ਦੀ ਚਿੰਤਾ ਤੁਸੀਂ ਆਪਣਾ ਹੌਸਲਾ ਨਾਲ ਕੰਮ ਕਰੋ ਤੇ ਪਰਮਾਤਮਾ ਅਗੇ ਅਰਦਾਸ ਕਰੋ ਪਰਮਾਤਮਾ ਜ਼ਰੂਰ ਸੁਣਨਗੇ ਪਰਮਾਤਮਾ ਹਮੇਸ਼ਾ ਮਿਹਨਤ ਕਰਨ ਵਾਲਿਆਂ ਨੂੰ ਭਾਗ ਲਾਉਂਦਾ ਹੈ ਜੋ ਪਰਮਾਤਮਾ ਅਗੇ ਅਰਦਾਸ ਕਰਦਾ ਹੈ ਪਰਮਾਤਮਾ ਉਹਦੀ ਜ਼ਰੂਰ ਕਬੂਲਦਾ ਹੈ ਇਸ ਲਈ ਕਦੀ ਵੀ ਇਹ ਗਲਤੀ ਨਾ ਕਰੋ ਵੀ ਇਹ ਕਹੋ ਵੀ ਨਹੀਂ ਮੈਂ ਇਹ ਮੈਂ ਇਹ ਚੀਜ਼ ਐਵੇਂ ਕਰ ਲਾਂਗਾ ਇਹ ਚੀਜ਼ ਐਵੇਂ ਕਰ ਲਾਂਗਾ ਪਰਮਾਤਮਾ ਨੂੰ ਸਭ ਦੀ ਚਿੰਤਾ ਤੇ ਪਰਮਾਤਮਾ ਨੇ ਇੱਕ ਸਮਾਂ ਆਪਣੇ ਸਭ ਲਈ ਬਣਾਇਆ ਹੁੰਦਾ ਉਸ ਸਮੇਂ ਦੇ ਵਿੱਚ ਹੌਲੀ-ਹੌਲੀ ਸਾਰੇ ਕੰਮ ਹੁੰਦੇ ਰਹਿੰਦੇ ਨੇ ਜੋ ਕਹਿੰਦਾ ਵੀ ਨਹੀਂ ਨਹੀਂ ਵੀ ਇਹ ਕੰਮ ਮੈਂ ਹੀ ਕਰਦਾ ਪਿਆ ਮੈਂ ਇਹ ਕੰਮ ਐਵੇਂ ਨਹੀਂ ਹੋਣਾ ਉਹ ਹਮੇਸ਼ਾ ਆਪਾਂ ਗਲਤੀ ਕਰਦੇ ਹਾਂ ਹਮੇਸ਼ਾ ਮਿਹਨਤ ਕਰੋ ਤੇ ਪਰਮਾਤਮਾ ਅੱਗੇ ਅਰਦਾਸ ਕਰੋ ਪਰਮਾਤਮਾ ਨੂੰ ਫਲ ਜ਼ਰੂਰ ਲਾਣਗੇ ਵੇਲੇ ਬੈਠਿਆਂ ਕਦੀ ਕੁਝ ਵੀ ਹਾਸਲ ਨਹੀਂ ਹੁੰਦਾ ਸਿਰਫ ਗੱਲਾਂ ਨਾਲ ਹਾਸਲ ਨਹੀਂ ਹੋਣਾ ਅੱਗੇ ਵਧੋ ਉੱਦਮ ਕਰੋ ਮਿਹਨਤ ਕਰੋ ਪਰਮਾਤਮਾ ਜ਼ਰੂਰ ਫਲ ਆਗ ਲਾਣਗੇ ਗਿਲੇ ਸ਼ਿਕਵੇ ਨੂੰ ਅੱਜ ਹੀ ਤਿਆਗ ਦੋ ਮਿਹਨਤ ਦਾ ਪੱਲਾ ਫੜ ਲਓ ਤੁਹਾਡੇ ਘਰ ਰੰਗ ਭਾਗ ਲੱਗ ਜਾਣਗੇ